ਭਵਰ ਪਿੰਡ ਦੇ ਨਾਂ ਸੀ ਉੱਥੇ ਇੱਕ ਸਿੱਖ ਸੀ ਦਸੰਦੀ ਉਹਦਾ ਨਾਂ ਸੀ ਉਹ ਭਾਈ ਮੇਰੀ ਮਾਂ ਮਰ ਗਈ ਉਹ ਅਫਸੋਸ ਇਹਨੂੰ ਆਇਆ ਦਾਦੀ ਮੇਰੀ ਰੋਣ ਲੱਗ ਪਈ ਦੋ ਭੈਣ ਭਾਈ ਉਹਦੀ ਛੋਟੀ ਜਿਹੀ ਭੈਣ ਸੀ ਮੇਰੀ ਦਾਦੀ ਮੇਰੀ ਤੋਂ ਟੁਰ ਨਹੀਂ ਹੁੰਦਾ ਅਤੇ ਉਹ ਮੇਰੇ ਉਹਨਾਂ ਕੰਡ ਪਿੱਛੇ ਲਾਇਆ ਵਾ ਸੱਤ ਕੋ ਚੁੱਕ ਕੇ ਲਾਇਆ ਉਹਨੂੰ ਬਾਕੀ ਛੱਡਿਆ ਲੋਕ ਖਾਲਸਾ ਕਹਿੰਦਾ ਮੈਨੂੰ ਬੜੀ ਖੁਸ਼ੀ ਹੈ ਮੈਂ ਤਾਂ ਘਬਰਾਏ ਗਿਆ ਸੀ ਬਜਾ ਉਜੜਕਾ ਬੜੀ ਦੁਨੀਆ ਮਰੀ ਕਰੇ ਮਰ ਗਿਆ ਨਹੀਂ ਕਹਿੰਦਾ ਅੱਲਾ ਚਾਹ ਠੀਕ ਹੈ ਅੱਛਾ ਅੱਲਾ ਉਹਨੂੰ ਠੀਕ ਹੀ ਰੱਖਿਆ ਐਨੇ ਲਿਖੇ ਵੀ ਉਹਨੇ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਬਜ਼ੁਰਗੋ ਕੀ ਹਾਲ ਹੈ ਖੈਰ ਹੈ ਹਾਂ ਖੈਰ ਹੈ ਠੀਕ ਠਾਕ ਹੋ ਠੀਕ ਹੈ ਹਾਂਜੀ ਤੁਹਾਡੇ ਨਾਲ ਥੋੜ੍ਹੀ ਗੱਲਬਾਤ ਕਰਾਂ ਦੇ ਪੁਰਾਣੀ ਕਰੋ ਜੀ ਉਹਨਾਂ ਵੇਰਿਆਂ ਦੀ ਜਦੋਂ ਪਾਕਿਸਤਾਨ ਬਣਿਆ ਕਰੋ ਕਿ ਆਪਣਾ ਪਿੱਛੇ ਪਿੰਡ ਕਿਹੜਾ ਸੀ ਕਿਵੇਂ ਇੱਥੇ ਆਏ ਸਾਰਾ ਕੁਝ ਪਹਿਲਾਂ ਮੈਨੂੰ ਆਪਣਾ ਨਾਂ ਦੱਸੋ ਤੁਹਾਡਾ ਨਾਂ ਕੀ ਹੈ ਫਜ਼ਲ ਮੁਹੰਮਦ ਅਤੇ ਅੱਬਾ ਜੀ ਦਾ ਕੀ ਨਾਂ ਸੀ ਤੁਹਾਡਿਆਂ ਦਾ ਹੁਕਮਦੀਨ ਅਤੇ ਦਾਦੇ ਹਰਾਂ ਦਾ ਅਬਦੁਲ ਗਨੀ ਉਰਫ ਕਾਲੂ ਅੱਛਾ ਆਪਣੀ ਕੌਮ ਕਿਹੜੀ ਹੈ ਗੁੱਜਰ ਅਤੇ ਗੋਤ ਕਿਹੜੀ ਹੈ ਨਾਲ ਨਹੀਂ ਗੋਤ ਰਤਾਲੇ ਅੱਛਾ ਜਦੋਂ ਪਾਕਿਸਤਾਨ ਬਣਿਆ ਸੀ ਉਦੋਂ ਤੁਸੀਂ ਕਿੱਡੇ ਕੁ ਹੁੰਦੇ ਸੋ ਮੈਂ ਆਉਣਾ 15-16 ਸਾਲਾਂ ਦਾ ਹਾਂਜੀ ਚੰਗੇ ਭਲੇ ਨਸੇ ਭੱਜੇ ਫਿਰ ਹਾਂਜੀ ਮਾਲ ਚਾਰੀਏ ਡੰਗਰ ਪੱਠੇ ਪੁੱਠੇ ਲਾਈਦੇ ਸੀ ਆਪਣਾ ਪਿੱਛੇ ਕਿਹੜਾ ਪਿੰਡ ਸੀ ਜਿੱਥੇ ਜੰਮੇ ਪਲੇ ਸੋ ਤੁਸੀਂ ਸਰਾਂ ਸਰਾਂ ਅੱਛਾ ਇਹਦਾ ਜ਼ਿਲ੍ਹਾ ਕਿਹੜਾ ਸੀ ਜ਼ਿਲ੍ਹਾ ਉਹੀ ਕਿਹੜਾ ਹੁਸ਼ਿਆਰਪੁਰ ਅੱਛਾ ਅਤੇ ਤਹਿਸੀਲ ਇਹਦੀ ਊਨਾ ਊਨਾ ਸਰਾਂ ਦੇ ਨੇੜੇ ਨੇੜੇ ਜਿਹੜੇ ਪਿੰਡ ਸਨ ਉਹ ਕਿਹੜੇ ਕਿਹੜੇ ਸਨ ਹੋਰ ਵੀ 5-6 ਪਿੰਡ ਜਿਹੜੇ ਨੇ ਦੱਖਣ ਵਾਲੇ ਪਾਸੇ ਦੀ ਪਿੰਡ ਛੱਜਾ ਅਤੇ ਚੌਂਤਾ ਨੰਗਲ ਬਿਆਣਾ ਬਜਰੂੜ ਸੱਥਲੀ ਭਵਰ ਸੀ ਨਰਾਜ ਸਿੱਖਾਂ ਦਾ ਪਿੰਡ ਫਿਰ ਉੱਥੇ ਲਾਂਦੇ ਧਮਾਣੇ ਧਮਾਣਿਆਂ ਨਾਲ ਧਮਾਣੇ ਕੀਮੇਵਾਸ ਖੱਡ ਇਹ ਪਿੰਡ ਜੀ ਮੇਰੇ ਦੇਖਣ ਵੀ ਤਾਂ ਤੁਹਾਡਾ ਆਪਣਾ ਪਿੰਡ ਸਰਾਂ ਸੀ ਹੈ ਤੁਹਾਡੀ ਧਮਾਣੇ ਜੀ ਦੱਸਿਆ ਚਾਹੀਦਾ ਜੀ ਹਾਂਜੀ ਅਤੇ ਉੱਥੇ ਨਾਨਕੀ ਆਇਆ ਉਹਦਾ ਪਿਓ ਮੇਰਾ ਅੱਛਾ ਆਪਣਾ ਜਿਹੜਾ ਪਿੰਡ ਸੀ ਸਰਾਂ ਜਿਹੜਾ ਸੀ ਹਾਂਜੀ ਉਹਦੇ ਵਿੱਚ ਮੁਸਲਮਾਨਾਂ ਦੇ ਨਾਲ ਨਾਲ ਹੋਰ ਕਿਹੜੇ ਕਿਹੜੇ ਲੋਕ ਰਹਿੰਦੇ ਸਨ ਸਿੱਖ ਹਿੰਦੂ ਹੈ ਸਨ ਸਿੱਖ ਹੈ ਸਨ ਜੀ ਹਿੰਦੂ ਜਰਖਾਨ ਸੀ ਜੀ ਬਾਹਮਣਾਂ ਦੇ ਵੀ ਦੋ ਘਰ ਸਿੱਖ ਬਾਬਾ ਘਰ ਸੀ ਅੱਛਾ ਤੁਸੀਂ ਸਿੱਖਾਂ ਵਿੱਚੋਂ ਕਿਸੇ ਦਾ ਨਾਂ ਜਾਣਦੇ ਹੋ ਉਹ ਫਿਰ ਇੱਕੋ ਖੂਹ ਹੁੰਦਾ ਜੀ ਪਹਿਲੇ ਹਾਂਜੀ ਸਿੱਖਾਂ ਦਾ ਵੀ ਮੁਸਲਮਾਨਾਂ ਦਾ ਵੀ ਹਿੰਦੂ ਸਿੱਖਾਂ ਦੇ ਨਾਂ ਸੀ ਜੀ ਇੱਕ ਦੇ ਨਾਂ ਰਾਮਚੰਦ ਸੀ ਉਹਨਾਂ ਬਦਲੀ ਗੱਲ ਕਿਰਪਾਲ ਸਿੰਘ ਰੱਖ ਲਿਆ ਅੱਛਾ ਇੱਕ ਦਿਨ ਜੋਰ ਸਿੰਘ ਸੀ ਇੱਕ ਨਾ ਹੁਕਮ ਸਿੰਘ ਸੀ ਇੱਕ ਨਾ ਪੋਲੋ ਸੀ ਅੱਛਾ ਇੱਕ ਸਾਡੇ ਲਾਂਦੇ ਪਾਸੇ ਪਿੰਡ ਸੀ ਛੱਤੜੀ ਉੱਥੋਂ ਆਇਆ ਵਾ ਸੀ ਨਾਨਕੇ ਉਹਦੇ ਨਾਲ ਸੀ ਰਾਣੂ ਉਹ ਬੁੱਢੇ ਮੇਰੇ ਬੜਾ ਬੇਲੀ ਸੀ ਅੱਛਾ ਫਿਰ ਉੱਥੋਂ ਟੁਰ ਗਿਆ ਸੱਤਲੀ ਆਪਣੇ ਪਿੰਡ ਉਹ ਜਿਹੜੇ ਧਮਾਣੇ ਸੀ ਜਾਂ ਅਸੀਂ ਉੱਥੋਂ ਲੰਘਦੇ ਸੀ ਜਾਂ ਮਜ਼ੂਰ ਲੰਘਦੇ ਸੀ ਇਹ ਕੰਮ ਕਾਹਦਾ ਕਰਦੇ ਹੁੰਦੇ ਸਨ ਜਿਹੜੇ ਸਿੱਖ ਸਨ ਤੁਹਾਡੇ ਪਿੰਡ ਜ਼ਿਮੀਦਾਰਾ ਕਰਦੇ ਸਨ ਕਿ ਬਾਈ ਬਜੀਵੀਦਾਰ ਗੁੱਜਰ ਸਨ ਕਿ ਜੱਟ ਸਨ ਮੈਨੂੰ ਨਹੀਂ ਬਣਾ ਦਿੰਦੇ ਕੋਈ ਗੱਲ ਅੱਛਾ ਜਿਹੜੇ ਬਾਹਮਣ ਤੁਸੀਂ ਵੀ ਦੱਸਦੇ ਹੋ ਆਹੋ ਉਹਨਾਂ ਦਾ ਕੀ ਕੀ ਨਾਂ ਸੀ ਯਾਰ ਨਾ ਭੁੱਲ ਭੱਲ ਗਏ ਠੀਕ ਹੈ ਜਿਹੜੀ ਗੱਲ ਦਾ ਨਹੀਂ ਨਾ ਪਤਾ ਹੈ ਕੋਈ ਮਸਲੀ ਕੋਈ ਨਹੀਂ ਹੈ ਜ਼ਰੂਰੀ ਨਹੀਂ ਕਿ ਤੁਸੀਂ ਦੱਸੋ ਦੁਕਾਨਾਂ ਹੁੰਦੀਆਂ ਸਨ ਪਿੰਡ 'ਚ ਹਾਂਜੀ ਹਾਂ ਦੁਕਾਨ ਤੁਹਾਨੂੰ ਯਾਦ ਹੈ ਕਿਹਦੀ ਸੀ ਬੇਅੰਤਾ ਖੱਤਰੀ ਸੀ ਇੱਕ ਮੁੰਡਾ ਸੀ ਉਹਦਾ ਹਰੀਆ ਇੱਕ ਮੁੰਡਾ ਸੀ ਦੂਰੂ
एक होर घर सी ओहदे नाल दी तुलसी ठीक है घर नाल नाल सी ओहदी उल्लांदे पासे दुकान सी उहनां दे बच्चे तुहाडे नाल खेडदे हुंदे सन जां नहीं ओह जिहड़े बैंटी दी लाश सी ना ओहदा मुंडा खोलदा खोलदा हुंदा था ਉਹ ਦੂਏ ਦੇ ਤਾਂ ਖਰੇ ਬੱਚੇ ਹੈ ਨਹੀਂ ਜੀ ਮੇਰਾ ਖਿਆਲ ਹੈ ਠੀਕ ਹੈ ਪਿੰਡ 'ਚ ਜਿਹੜੇ ਮੁਸਲਮਾਨ ਸਨ ਉਹ ਸਾਰੇ ਗੁੱਜਰ ਹੀ ਸਨ ਤੁਹਾਡੀ ਜ਼ਾਤ ਦੇ ਗੁੱਜਰ ਹੀ ਸਨ ਅੱਛਾ ਅਤੇ ਨੰਬਰਦਾਰ ਕਿੰਨੇ ਸਨ ਪਿੰਡ ਦੇ ਤੁਹਾਡੇ ਦੇ ਇੱਕੋ ਜੀ ਇੱਕ ਕੀ ਨਾਂ ਸੀ ਇੱਕ ਸਿੱਖ ਜੀ ਅੱਛਾ ਇਹ ਗੁੱਜਰ ਸੀ ਹਾਂਜੀ ਗੁੱਜਰ ਕਿਹੜਾ ਸੀ ਨੰਬਰਦਾਰ ਤੁਹਾਨੂੰ ਯਾਦ ਹੈ ਹੁਕਮ ਦੇ ਜੀ ਉਹਦੇ ਨਾਂ ਜੀ ਉਹਨੇ ਸਿਰ ਬੜਾ ਮਾੜਾ ਬੰਦਾ ਸੀ ਇੱਕ ਉਮਰ ਦੀ ਨੰਬਰ ਦੀ ਸੀ ਉਹਨੇ ਸਿਰ ਬੜਾ ਲੈ ਲਈ ਵੀ ਸੀ ਨੰਬਰਦਾਰੀ ਸਿੱਖ ਕਿਹੜਾ ਸੀ ਨੰਬਰਦਾਰ ਉਹਦਾ ਨਾਂ ਯਾਦ ਹੈ ਤੁਹਾਨੂੰ ਦਮਨ ਅੱਛਾ ਮਸੀਤਾਂ ਕਿੰਨੀਆਂ ਸਨ ਪਿੰਡ 'ਚ ਦੋ ਦੋ ਸਨ ਠੀਕ ਕੋਈ ਗੁਰਦੁਆਰਾ ਵੀ ਹੈ ਸੀ ਧਰਮਸ਼ਾਲਾ ਹਾਂਜੀ ਗੁਰਦੁਆਰਾ ਵੀ ਹੈ ਸੀ ਤੁਸੀਂ ਕੋਈ ਉੱਥੇ ਸਕੂਲ ਵੀ ਪੜ੍ਹੇ ਹੋ ਮਾੜਾ ਮੋਟਾ ਕਿ ਜਾਂ ਨਾ 15-16 ਵਰੇ ਤੁਹਾਡੀ ਉਮਰ ਸੀ ਉਸ ਵੇਲੇ ਅਤੇ ਤੁਸੀਂ ਫਿਰ ਉੱਥੇ ਮੱਝਾਂ ਛੱਜਾਂ ਚਾਰਦੇ ਰਹੇ ਸੋ ਮੱਝਾਂ ਚਾਰੀ ਜਾਂਦੀ ਅੱਛਾ ਕੀ ਕਿੰਜ ਦਾ ਪਿੰਡ ਸੀ ਕੋਈ ਛੱਪੜ ਛੱਪੜ ਆਇਆ ਸੀ ਪਿੰਡ 'ਚ ਵੱਡਾ ਜ਼ਮੀਨ ਕਿੰਜ ਦੀ ਸੀ ਉੱਥੇ ਇਹ ਦੱਸੋ ਬਰਾਨੀ ਬਰਾਨੀ ਸੀ ਮੀਂਹ ਪੈ ਜਾਂਦੇ ਸੀ ਹੇਠਾਂ ਦੇ ਆਦੀ ਕੱਦੀ ਵਿੱਚ ਨੂੰ ਉਹ ਨਾਲ ਥੱਲੇ ਲਾਂਦੇ ਨੂੰ ਉੱਥੇ ਮੁੰਜੀ ਵੀ ਲੱਗਦੀ ਸੀ ਮੁੰਜੀ ਉਹ ਸੁੱਕੀ ਕੱਢਦੇ ਨਹੀਂ ਨਹੀਂ ਪਤਾ ਦਰਿਆ ਨਾ ਚੜ੍ਹਨਾ ਉਹਦੀ ਸਲਾਬ ਨਾਲ ਉੱਗ ਜਾਣਾ ਆਈ ਬਿਘਾ ਕਿਲਾ ਲਾਉਂਦੇ ਹੁੰਦੇ ਸੀ ਹਾਂਜੀ ਦਰਿਆ ਕਿਹੜਾ ਸੀ ਕਿ ਜਾਂ ਫਿਰ ਬਾਰਿਸ਼ ਹੀ ਦਰਿਆ ਸੀ ਕੋਈ ਸਤਲੁਜ ਸਤਲੁਜ ਸੀ ਠੀਕ ਇਲਾਕੇ 'ਚ ਉੱਥੇ ਫਲ ਫਰੂਟ ਕਿਹੜਾ ਹੁੰਦਾ ਸੀ ਅੰਬ ਹੁੰਦੇ ਸਨ ਅੰਬ ਬੜੇ ਹੁੰਦੇ ਸੀ ਬਾਗ ਸਨ ਦੋ ਤਿੰਨ ਅੱਛਾ ਪਿੰਡ ਦੇ ਵਿੱਚ ਕੋਈ ਦਾਰਾ ਸ਼ਾਰਾ ਹੈ ਸੀ ਜਿੱਥੇ ਵੱਡੇ ਵਡੇਰੇ ਬਹਿ ਕੇ ਗੱਲਬਾਤ ਕਰਦੇ ਹੁੰਦੇ ਸਨ ਬਣਿਆ ਬਾਅਦ ਆਇਆ ਸੀ ਮਸਜਿਦ ਦੇ ਕੋਲ ਤੁਸਾਂ ਉੱਥੇ ਕੋਈ ਵਿਆਹ ਸ਼ਾਦੀ ਵੇਖੀ ਸੀ ਕਾਫੀ ਦੇਖੀਆਂ ਨੇ ਅੱਛਾ ਦੱਸੋ ਜ਼ਰਾ ਵਿਆਹ ਸ਼ਾਦੀਆਂ ਕਿੰਝ ਹੁੰਦੀਆਂ ਸਨ ਉੱਥੇ ਕਈਆਂ ਜੀ ਹੁੰਦੀਆਂ ਸੀ ਹਾਂਜੀ ਜੰਝਾਂ ਰਾਤ ਰਹਿੰਦੀਆਂ ਹੁੰਦੀਆਂ ਸਨ ਜਾ ਕੇ ਜੰਝਾਂ ਜਾਂਦੀਆਂ ਸੀ ਹਾਂ ਰਾਤ ਰਹਿੰਦੀਆਂ ਸਨ ਅਗਲੀ ਥਾਂ 'ਤੇ ਜਾਂਦੀਆਂ ਰਾਤ ਨੂੰ ਸੀ ਮੇਲਾ ਸ਼ੇਲਾ ਉੱਥੇ ਲੱਗਦਾ ਹੁੰਦਾ ਸੀ ਮੇਲਾ ਸਾਡੇ ਲੱਗਦਾ ਸੀ ਪਹਿਲੀ ਵਿਸਾਖ ਨੂੰ ਬਸੋਆ ਕਹਿੰਦੇ ਹੁੰਦੇ ਸੀ ਉਹਨੂੰ ਦਰਿਆ ਦੀ ਕੱਦੀ 'ਤੇ ਅੱਛਾ ਉਹ ਕੀ ਭੈਣ ਚੋ ਉਠਾ ਉੱਠਿਆ ਵਾ ਹੁੰਦਾ ਸੀ ਮਾਂ ਪੌਂ ਕਹਿੰਦੇ ਸੀ ਉਹਨੂੰ ਅੱਛਾ ਉੱਥੇ ਮੇਲਾ ਲੱਗਦਾ ਸੀ ਉੱਥੇ ਮੇਲਾ ਲੱਗਦਾ ਮੇਲਾ ਸੁਬਾਹ ਨੂੰ ਰਾਤ ਨੂੰ ਜਾਣਾ ਉੱਥੇ ਫਿਰ ਆਪਣੇ ਬਾਲਾਂ ਬੂਲਾਂ ਨਾਲ ਲੈ ਕੇ ਕੋਲ ਕੋਈ ਸ਼ੈ ਪਕਾ ਕੇ ਲੈ ਜਾਣੀ ਖਾਣੀ ਨਹੀਂ ਉੱਥੇ ਫਿਰ ਨਹਾਉਣਾ ਸਾਰਿਆਂ ਨੇ ਨਹਾ ਕੇ ਫਿਰ ਉਹ ਚਾਹ ਖਾਣੀ ਮੁੰਡਾ ਫਿਰ ਆ ਜਾਣਾ ਘਰ ਨੂੰ ਸਵੇਰ ਨੂੰ ਮੇਲਾ ਮੂਲਾ ਦੇਖਣ ਚਲੇ ਜਾਣਾ ਹਾਂਜੀ ਮੇਲੇ 'ਤੇ ਇੱਕ ਜਿਹੜਾ ਆਮ ਬੱਚਾ ਕਿੰਨੇ ਪੈਸੇ ਲੈ ਕੇ ਜਾਂਦਾ ਹੁੰਦਾ ਸੀ ਰੁਪਈਆ ਦੋ ਰੁਪਈਆ ਉਹ ਪੈਸੇ ਮੋਇਆ ਕੁੜੀ ਜਾਵਾ ਮੈਨੂੰ ਗਿਣ ਕੇ ਦਿੰਦੇ ਸੀ ਲਵੀ ਆਪਣੇ ਜਿਹੜੇ ਪਿੰਡ 'ਚ ਲੋਕ ਸਨ ਉੱਥੇ ਜਿਹੜੇ ਹਿੰਦੂ ਸਨ ਜਾਂ ਸਿੱਖ ਸਨ ਉਹਨਾਂ ਦੇ ਨਾਲ ਆਪਣਾ ਪਰਿਵਰਤਨ ਕਿੰਝ ਦਾ ਹੁੰਦਾ ਸੀ ਵਿਆਹਾਂ ਸ਼ਾਦੀਆਂ ਦੇ ਉੱਤੇ ਉਹਨਾਂ ਨੂੰ ਤੁਸੀਂ ਸੱਦੇ ਕਵਾਉਂਦੇ ਹੁੰਦੇ ਸੋ ਕੋਈ ਸੱਦ ਲੈਂਦਾ ਸੀ ਕੋਈ ਨਹੀਂ ਸੀ ਸੱਦਾ ਕੋਈ ਨਹੀਂ ਸੀ ਸੱਦਾ ਨਾਲ ਪਿੰਡ ਸੀ ਲੈਂਦੇ ਪਾਸੇ ਭੌਲ ਪਿੰਡ ਦੇ ਨਾਂ ਸੀ ਉੱਥੇ ਤਾਂ ਇੱਕ ਸਿੱਖ ਸੀ ਜੀ ਦਸੌਂਦੀ ਉਹਦਾ ਨਾਂ ਸੀ ਉਹ ਭਾਈ ਮੇਰੀ ਮਾਂ ਮਰ ਗਈ ਉਹ ਅਫਸੋਸ ਨੂੰ ਆਇਆ ਦਾਦੀ ਮੇਰੀ ਰੋਣ ਲੱਗ ਪਈ ਉਹ ਕਹਿੰਦਾ ਭੂਆ ਖੁਦਾ ਦਾ ਪਾਣਾ ਬਗੜਾ ਸੀ ਵੱਗ ਗਿਆ ਹੁਣ ਰੋ ਨਾ ਤੂੰ ਕਹਿੰਦੀ ਪੁੱਤਰ ਮੈਂ ਆਪਣੇ ਕੰਮਾਂ ਨੂੰ ਰੋਂਦੀ ਹਾਂ
खूह तो पानी लियाना, कूड़ा थोड़ा माल बाबा होंदा सी। वो कहन लग्या गल भूआ इत्थे माछण कहिंदे ते झीरी क्या करदे सी, पानी भर नूं झीरी ला ले, इत्थे साई कहिंदे उत्थे चमियार कहिंदे सी। बूआ चुकनू चमार लगे नहीं लभदा, पिछे झीरी लाई जाओ, पैर नहीं सुटना मेरा कम है। वो नाले दसा करूँगा तो थले नीवा थां सी, उत्ते रूड़ी लाई भी। वो माई ने पाई जाना दम्बल, मैं चुक चुक सीटी जाना उत्थे अपना गेट के अखीर पैड़ियां पाते होंगे सी। उन्हें भाई आ जाना गड्ढा लेके नाल बंदा भी लेना भरन वास्ते। जो जदों जो उजड़ के आए हैं ना उदे भी मल्ल छुड़ा के गया। फिर अस जो उजड़े ना दरिया टप के पिंड सी बोंगा अंबाले, अंबाला जिला तहसील रोपड़ सी, उत्ते चले गए बड़े बड़े रिश्तेदार दे। पहले बाटा फिर माल ले आके बैठ के दो बड़े चंगे, मैं तो मजा चाह गया उत्थे गया और ले गया और पीनिया पुनिया बना के उरा बरा। वो बुढ़े ने कह लगे मेरे प्यो न कहता गल बैठ कहती मैनू रशीद बना दे, अल्लाह कर दी सही सलामत रहो या जो मुड़ के तेरी इमानत से। बुढ़े ने दिते नहीं है मैं कहें संधि है जी। मैं बाबा अब्बा बड़ी गलती की थी, दे देने दे नहीं पैना। वो तीन दिन चार दिन लंघे उस कल ही क्या करते थे उन्होंने गुरुद्वारे साढ़े चढ़ते पहाड़ की गुट न उठे से आए फिर सौ से डेढ़ सौ डंगर ले गए सब ले गए। मैं बुढ़े कहते मैं ले लिया सारा जो उन्हें देखना चंगा नहीं सी है बिल्कुल। तो उत्ते उत्ते बनता सी डैम नार निकलनी सी निकलती सी पठान लगे हुए थे उन्होंने को खोते होने को पचास साठ चलो पाकिस्तान चलो पाकिस्तान अल्लाह पैन लगे चलो पाकिस्तान। उत्तर भाई उजड़ गए ना रियासत ही नालागढ़ उधर अपने लगदा लुकदा तो चले गए। वो पांच सात दिन रहेगा तो फिर मुड़ के आ गई फिर फौज आ गई उत्ते उन्हें कट्ठे करके बिठा ले पहला दिन। फिर उत्तर तुर पिया कैंप सत्त को पंध सी रोपड़ दो भैन भाई जी छोटी जी भैन थी मेरी दादी मेरी तो टुर नहीं जाता तो वो मेरे मैंने कंड पिछे लाया वा सत्त को चुक के लाया उन्हें बाकी छोड़े लोग अपने बुढ़े बुढ़िया उन्हें छी साढ़े को खेस मेरे को छोटो मारे बसेर से मैं नहीं हटिया रोपड़ आ गए। वो जो फौजी थी ना वो दुनिया पर दरिया दुनिया पर स्टेशन है ना मल्तान में उदे बच्चे से इधर दिन मैं जो मैं भला करूँगा तो मेरा भी जब मेरे बच्चे आ जाऊंगे। रोपड़ आए भाई से वो बच्चे उधर स्टेशन से बैठे सर सर जी चंगा द्वारा पहाड़ बच्चे पानी आके दरिया पैंता सी उत्ते पुल बनता सी गड्डी भी पत्थर पत्थर आते होंगे सी उत्ते उन्हें सानू गड्डी पाया
कराली जो तो 20 मील उत्थे लाभ दिया उत्ते जो उत्ते पाई बड़ी भुख लोग पत्थर खाते रहे बेरी दे सानू कहला माई की दुआ सी वो नाल पिंड सी खरड़ उत्ते ठेकेदार सी उन्हें वो जी माल चुकन पता 20-25 किलो छेड़ी हुई थी किकरा सी बड़िया उन्हें मुल ले लिया साढ़े को मकान मिले तो रहन लग पाया वो मजदूर मजदार उधर रहने आप भी चले पाना और उन दुध शुद्ध होर शायद जी लोड पैनी देनी थोड़ी बड़े वो बच्ची लेके देखता 30 दिन मिल गया वो भाई सानू ले गया अपना कुड़ी कुड़ी से पढ़ के मैं पानी नहीं भैन चो लभदा होता जुआं बड़िया अपने बीबिया कह लग्या कुड़िया सिर तो नुआओ कपड़े तो कि सिर फुल होई दा वो 30 दिन उन्होंने उंगली पढ़ के ले जाना फिर वो पेड़ नेड़े सी रात में जाना बैल सिर से कणक कुड़क मुड़ लेके आटा प्या लेना वो जो कोई सज्जन साथी होंगे सी किसी ने मिठाई का डब्बा दे किसी ने कोई दे किसी ने कोई दे गड्ढा जो कैंप के ना छड़ जाने ला कर साढ़े सामने सी चौंपड़ी को रख लो वजीर बांट लेना और सानू उन्होंने आटा भी देना चने लोगों ने देने चने भी देने मिठाई भी देनी इसे आती सानू निदार पर बाई की दुआ लड़ो कोई इदार नहीं लगे रज खाते रहे उस तो फिर जो उजड़े नहीं वो कहते भी अभी चले मुजफ्फरगढ़ जाना जी जाना तैयार हो जा अभी चौंपड़ी चौंपड़ी पट ली ट्रक लगे थे पहले आ मेरे लग दे गुंडी गुंडी मेरे इन्हें पा भंडी ली कहीं जान देना जाना सानू नाल लैके चल नहीं असी जान देना हो गया यार दस कि जी उन्हें क्या भाई ट्रक में जगह कोई नहीं बीबिया बिच पानिया ट्रक के असी गलारना से बह के जाना इस तेरे तो छोड़ नहीं होंगी है बच्चे बिच बार ट्रक तेन उत्ते गलारना से पा लेना आ गया झोंपड़ी पटन लग पाया वो पट्टी पा असी नहीं जान देना उधर नहीं आन दिते फिर कट्ठे आए इतने चटाली आ गई सी तुहाडे कैंप दे उत्ते कोई हमला तो नहीं सी होया नहीं तो जो पिंडू निकले सो अपने पिंड अस्तमाने चो उदू केड़ा वेला सी जो पिंड छड़िया सी तुसा ओ भाई दोपहर जा सी आ मेरे गुआंढी इन्हां दा प्यो ओ पिंड सी धमाने दे राह विच सतली उत्ते गया पता करन ओ अगे उत्थे निकल लगे वे और सिख आ गए उन्होंने कहा भी साढ़े थोड़े डंग चंगे लंघे हमला होने वाला थोड़े पर क्योंकि मैं दुश्मनाइया भी हैं सी नाल दे पिंड उत्ते गड्ढा लग लिया समान का उत्ते मोड़ मुड़ता सी कुछ निक दरिया वालू और बुढ़े ने देख के खिला लिया गड्ढा उत्ते उन्हें कहा मैं नहीं थानू पिंड वो भी हल गया बेले बेले लोग निकली जाते तो मैं नहीं थानू कहता कुछ भी जो दिल करता टुट जाओ क्योंकि मैं थानू कहा मैं इधर चलो उन्हें थानू कोई प्रॉब्लम बन जाए तो कहना प्यो ने कहा कि मैं इधर चलो मर्जी यह गल नहीं करते जो सिख उन्हें कहा थोड़े से हमला आने वाला फलाने पिंड के बंदे वो समान चुक के चमार कहते थे उन्होंने साई साइया इतने साई कहते थे चमार उन्होंने घर थके रखे रख दें सुट सट के दरिया वालू आ गए वो छोटा छोटा पानी लंघ के बड़े को चले गए
बेड़ी उपर पैंदी दो क मील से साढ़े पिंड की बेड़ी आला उन्हें देख के बेड़ी छड़ी ला ली उन्हें जो आए पाठ पाते फिर मुड़के गए माल खोल के लियाए आगे उस पिंड चले ओ तीन चार पिंड दो छोटे छोटे चार बन वो कह साढ़े बन चलो कह साढ़े बन चलो एक बुंगा पिंड था पहाड़ी जी बहुत तगड़ा उत्ते चल गए अपने अपने रिश्तेदार होंगे वो पाई रात उन्होंने खतरा पै गया खरे पठाना ने किया वो दुआले के पिंड नठे उत्थे फिर उत्थे से उजड़ आए कराली कैंप थी रोपड़ आगे तुर के उत्थे जिहड़ी गड्डी आंदी सी पत्थर लैके उन्हें अफसर ने उहदे विच बाते कराली उतर गई कैंबे चल गए उत्थे भाई खाल मारते भुख ने लोग एक मेरे लगदी सी मेरा पढ़ाई लगा प्यो दे मसीर दा पुत्त सी ਉਹਦਾ ਸਹੁਰਾ ਕੀ ਮੰਦਾ ਸੀ ਉਹਦੀ ਦਵਾਈਆਂ ਪਹਿਲਾਂ ਜਮ੍ਹਾਂ ਸੀ ਉਹ ਲੈ ਕੇ ਆਇਆ ਉੱਥੇ ਉਹ ਮੈਂ ਜਾਣਾ ਉਹਦੀ ਭੈਣ ਨੇ ਮੈਨੂੰ ਗੋਲੀਆਂ ਦੇ ਦੇਣੀਆਂ ਇੱਕ ਮੈਂ ਇੱਕ ਰੋਜ਼ ਲੈ ਲੈਣੀ ਨਹੀਂ ਮੈਨੂੰ ਕੋਈ ਟੁੱਟੀਆਂ ਟੁੱਟੀਆਂ ਲੋਕ ਟੁੱਟੀਆਂ ਨਾਲ ਬਹੁਤ ਦੁਨੀਆਂ ਮਰੀ ਵੀ ਹੈ ਉੱਥੇ ਪਰ ਫਿਰ ਉੱਥੋਂ ਗੱਡੀ ਲੱਗੀ ਲਾਹੌਰ ਆ ਗਏ ਲਾਹੌਰ ਕੈਂਪ ਬਣਿਆ ਉੱਥੇ ਬੈਠੇ ਰਹੇ ਉੱਥੋਂ ਉੱਠ ਕੇ ਕੁਝ ਨਾਲੇ ਆ ਗਏ ਕੁਝ ਨਾਲੇ ਟਾਂਗਿਆਂ 'ਚ ਬੈਠੇ ਚਟਾਣੀ ਆ ਗਈ ਫਿਰ ਕੁਝ ਦਿਨ ਚਟਾਣੀ ਰਹੇ ਉਹ ਚਾਚਾ ਮੇਰਾ ਕਹਿੰਦੇ ਉੱਥੇ ਮੱਛਰ ਬੜਾ ਇੱਥੇ ਰਹਿਣਾ ਹੁਣ ਤੁਸੀਂ ਕਿਹੜੇ ਪਿੰਡ ਬੈਠੇ ਹੋ ਕਾਂ ਜੋ ਨਾ ਕਿਹਾ ਵੀ ਹਾਂ ਠੱਠਾ ਕਰਕੇ ਕਹਿੰਦੇ ਹਾਂਜੀ ਇਹ ਖਤ ਤੁਸੀਂ ਕਿਹਨੂੰ ਲਿਖਿਆ ਸੀ ਉੱਥੇ ਸਿੱਖ ਜੀ ਦੇ ਸੰਧੀ ਨਾਂ ਸੀ ਬਾ ਹਾਂ ਖਤ ਲਿਖਿਆ ਭਾਈ ਉਹਨੂੰ ਅਤੇ ਉਹ ਮੇਰੇ ਨੇ ਲਿਖਾਇਆ ਜੀ ਅੱਠਾਂ ਦਿਨਾਂ ਵਿੱਚ ਜਵਾਬ ਆ ਗਿਆ ਮੁੜ ਕੇ ਉਹ ਮੇਰਾ ਨਾਂ ਨਹੀਂ ਸੀ ਲਿਖਿਆ ਵਾ ਵਿੱਚ ਅੱਛਾ ਖਤ ਲਿਖਾਉਣ ਵਾਲਾ ਮੈਂ ਜੀ ਮੇਰਾ ਨਾਂ ਕਿੱਥੇ ਨਹੀਂ ਲਿਖਣਾ ਸੀ ਉਹਨੇ ਕਿਹਾ ਯਾਰ ਫਤਿਹ ਦਾ ਨਾਂ ਫਤਿਹ ਦੀ ਖੈਰ ਖੈਰੀ ਉਹਨੂੰ ਲਿਖ ਕੇ ਦੇ ਮੈਨੂੰ ਠੀਕ ਹੈ ਵੀ ਫਿਰ ਦੁਬਾਰਾ ਖਤ ਪਾਇਆ ਉਹਨੂੰ ਪਹਿਲਾਂ ਜੇ ਖੈਰ ਮੈਂ ਠੀਕ ਠਾਕ ਖਤ ਫਿਰ ਲਿਖਿਆ ਤੈਨੂੰ ਫਿਰ ਉਹਦਾ ਖਾਤਾ ਕਹਿੰਦਾ ਮੈਨੂੰ ਬੜੀ ਖੁਸ਼ੀ ਹੈ ਮੈਂ ਤਾਂ ਘਬਰਾਏ ਗਿਆ ਸੀ ਵੀ ਜਬ ਜੜਕਾ ਬੜੀ ਦੁਨੀਆ ਮਰੀ ਕਰੇ ਉਹ ਮਰ ਗਿਆ ਨਹੀਂ ਕਹਿੰਦਾ ਅੱਲਾ ਚਾਹ ਠੀਕ ਹੈ ਅੱਛਾ ਅੱਲਾ ਉਹਨੂੰ ਠੀਕ ਹੀ ਰੱਖਿਆ ਐਨੇ ਲਿਖੇ ਵੀ ਉਹਨੇ ਅੱਛਾ ਹੁਣ 75 ਵਰੇ ਹੋਏ ਨੇ ਪਾਕਿਸਤਾਨ ਨੂੰ ਬਣਿਆ ਹਾਂਜੀ 75 ਵਰੇ ਹੋਏ ਨੇ ਤੁਹਾਡੇ ਪਿੰਡ ਨੂੰ ਛੱਡਿਆ ਤੁਹਾਨੂੰ ਤੇ ਦੱਸੋ ਪਿੰਡ ਤੁਹਾਨੂੰ ਹੁਣ ਯਾਦ ਆਉਂਦਾ ਆਉਂਦਾ ਕੋਈ ਬੋੜ ਹੈ ਸੀ ਪਿੰਡ 'ਚ ਕੋਈ ਪਿੱਪਲ ਹੋਏ ਹਾਂਜੀ ਕੋਈ ਬੋੜ ਹੋਏ ਪਿੰਡ 'ਚ ਤੁਹਾਨੂੰ ਯਾਦ ਹੋਏ ਕੋਈ ਪਿੱਪਲ ਹੋਏ ਵੱਡਾ ਕਿਸੇ ਡੇਰੇ 'ਤੇ ਡੇਰੇ ਡੂਰੇ ਕੋਈ ਨਹੀਂ ਸੀ ਹੈਗੇ ਉਹ ਜਿਹੜੀ ਮਾਲ ਨੂੰ ਛੱਡੀ ਵੀ ਸੀ ਨਾ ਉਹਦੇ ਕਿੱਕਰਾਂ ਸੀ ਬੇਬਾ ਸਾਰਾ ਪਿੰਡ ਦਾ ਨਕਸ਼ਾ ਯਾਦ ਹੈ ਜਿਕਰ ਜੇ ਤੁਹਾਨੂੰ ਉੱਥੇ ਖੜਿਆ ਜਾਏ ਤੇ ਆਪਣਾ ਘਰ ਲੱਭ ਲਓ ਤੇ ਬਿਲਕੁਲ ਲੱਭ ਲਾਂਗਾ ਕਿਹੜੀ ਸ਼ਹਿ ਪਿੰਡ ਦੀ ਯਾਦ ਆਉਂਦੀ ਹੈ ਤੁਹਾਨੂੰ ਚੌਕੀ ਚਲੋ ਠੀਕ ਹੈ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਗੱਲਬਾਤ ਕੀਤੀ ਹੈ ਠੀਕ ਹੈ ਬਹੁਤ ਮਿਹਰਬਾਨੀ